ਚਾਹੋਗੇ ਕਰਫਿਊ ਦੀ ਬੰਦਿਸ਼ ਹੈ ਬਹੁਤ ਘੱਟ ਆਮਦ ਹੈ ਸੰਗਤ ਦੀ ਗੁਰੂ ਸਾਹਿਬ ਦਾ 399 ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਕੀ ਅਰਦਾਸ ਕੀਤੀ ਗੁਰੂ ਚਰਨਾਂ 'ਚ ਦੇਖੋ ਕਰਫਿਊ ਦੀਆਂ ਰੋਕਾਂ ਦੇ ਬਾਵਜੂਦ ਸੰਗਤ ਵਾਂਗੂ ਮੇਰੇ ਮਨ 'ਚੋਂ ਸੀਗਾ ਕਿ ਮੈਂ ਸੱਚੇ ਪਾਤਸ਼ਾਹ ਦੇ ਅਸਥਾਨ 'ਤੇ ਹਾਜ਼ਰੀ ਭਰਾਂ ਔਰ ਬੜੇ ਦੁਸ਼ਵਾਰੀਆਂ ਨਾਲ ਅਸੀਂ ਸੱਚਖੰਡ ਹਰਿਮੰਦਰ ਸਾਹਿਬ ਪਹੁੰਚੇ ਹਾਂ ਰਸਤਿਆਂ ਤੋਂ ਲੰਘ ਕੇ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਇਹੀ ਕੀਤੀ ਹੈ ਕਿ ਇਹ ਪਾਤਸ਼ਾਹ ਇਹ ਜੋ ਕਰੋਨਾ ਦੀ ਬਿਮਾਰੀ ਫੈਲੀ ਹੋਈ ਹੈ ਦੁਨੀਆ ਜਹਾਨ 'ਚ ਇਸਨੇ ਆਪਣੇ ਆਪ 'ਚ ਗ੍ਰਸ ਲਿਆ ਕਿਉਂਕਿ ਜਿੱਦਾਂ ਅਸੀਂ 550 ਸਾਲਾਂ ਬਾਬੇ ਨਾਨਕ ਦਾ ਮਨਾਇਆ ਉਸੇ ਤਰ੍ਹਾਂ ਅਸੀਂ ਇਹ ਗੁਰਪੁਰਬ ਮਨਾਉਣਾ ਚਾਹੁੰਦੇ ਹਾਂ ਸਾਡੀ ਦਇਆ ਕਰ ਮਿਹਰ ਕਰ ਔਰ ਸਾਰੇ ਸੰਸਾਰ 'ਚ ਠੰਡ ਵਰਤਾ ਪਾਤਸ਼ਾਹ ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰੇ ਜਲਦੀ ਤੋਂ ਜਲਦੀ ਇਹ ਜਿਹੜੀ ਬਿਮਾਰੀ ਉੱਤੋਂ ਰਾਹਤ ਦਵਾਓ ਪਾਤਸ਼ਾਹ ਜੀ ਔਰ ਆਪਣੀ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਪਿਛਲੇ ਗੁਰਪੁਰਬ ਅਸੀਂ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਮਨਾਇਆ ਗਿਆ ਉਸੇ ਤਰ੍ਹਾਂ ਜਾਹੋ ਜਨਾਲ ਨਾਲ ਘਰ ਘਰ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਂ ਦੇ ਆਵੇ ਤਾਏ ਦੇ ਜਿਹੜੀ ਹੈ ਉਹ ਜਕਾਰੇ ਔਰ ਪਾਤਸ਼ਾਹ ਬਖਸ਼ਿਸ਼ ਕਰੇ ਰਹਿਮਤ ਕਰੇ ਉਸੇ ਤਰ੍ਹਾਂ ਖੁਸ਼ੀਆਂ ਖੇੜੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਰਮ ਦੀ ਚਾਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਬੜੀ ਹੀ ਸ਼ਰਧਾ ਅਤੇ ਭਾਵਨਾ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਕੇ ਮਹਿਲ ਜਿੱਥੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਪਾਵਨ ਗੁਰਪੁਰਬ ਮਨਾਏ ਗਏ ਹਨ ਭਾਵੇਂ ਕਿ ਸੰਗਤਾਂ ਦੀ ਆਮਦ ਜਿਹੜੀ ਸੀ ਉਹ ਘੱਟ ਸੀ ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਜਿਹੜਾ ਜ਼ਰੂਰੀ ਸੀ ਉਸ ਮੁਤਾਬਕ ਸੰਗਤਾਂ ਨੇ ਭਾਵੇਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜੋ ਸ਼ਰਧਾ ਭਰਿਆ ਅਕੀਦਾ ਹੈ ਉਹ ਅਰਪਣ ਕੀਤਾ ਹੈ ਅੱਜ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕਰਕੇ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਸੰਗਤਾਂ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਅਕੀਦਾ ਅਰਪਣ ਕਰ ਰਹੀਆਂ ਹਨ ਸਮੁੱਚੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਕਿਉਂਕਿ ਆਉਣ ਵਾਲਾ ਜਿਹੜਾ ਸਾਲ ਹੈ 2021 ਉਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਹੈ ਔਰ ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਿਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਅੰਮ੍ਰਿਤਸਰ ਸ਼ਹਿਰ ਵਿਖੇ ਹੋਇਆ ਸੋ ਫਿਰ ਇੱਕ ਵਾਰ ਸਮੁੱਚੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਜੋ ਆਪਣੇ ਘਰਾਂ ਵਿੱਚ ਵੀ ਬੈਠੀਆਂ ਹਨ ਜਾਂ ਜਿਹੜੇ ਸ਼ਰਧਾਲੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਹੀ ਨਾਮ ਬਾਣੀ ਦੇ ਨਾਲ ਜੁੜ ਕੇ ਔਰ ਸਤਿਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਹੈ ਮਨੁੱਖਤਾ ਦੀ ਸੇਵਾ ਸਮਰਪਣ ਹੋ ਕੇ ਗੁਰਪੁਰਬ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਈਏ ਫਿਰ ਇੱਕ ਵਾਰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।